औज़ु बिल्लाह मिनश शैतान रजीम, बिस्मिल्लाह रहमान रहीम। अस्सलाम वालेकुम मेरे भैन ते भराओ, बच्चे ते बच्चियो, कि तुसी सारे कि अल्लाह दे अमी घर की उम्मीद कि तुसी सारे खैरियत नाल होवोगे। अल्लाह पाक तुहानू अपने हिफ्ज़ो मान च रखे ते सदा ही ते तुसी जवानियां मानो मेरे बच्चे ते बच्चियो, अल्लाह पाक तुहानू अपने हिफ्ज़ो मान च रखे ते अल्लाह पाक तुहानू सलामत रखे जेहड़े काम करदे जे, अल्लाह पाक तुहानू उन्हां च कामयाबियां देवे। ते मम्मी तुहाडियां दुआवां नाल बिल्कुल ठीक हाँ। ते अज असीं बना लगे हाँ आलू दी चटपट पुलाओ, कि जिहड़ा कि चटपट बन जाए बहुत ही मज़ेदार ते बहुत ही आसान तरीके दे नाल। असीं आ के तुहाडे सामने सारे मसाले ने, इन्हां मसालियां नाल इह असीं कि आलू लैने, आलू असीं के 1.5 किलो साडे आलू ने, माशाल्लाह चावल भी इन्ने ही साडे चावल ने, इन्ने ही असीं आलू लैने। आलू ने इह असीं अदरक थूम दा के कुट के असीं मसाला तैयार करके रख्या है। ਇਹ ਸੁੱਕਾ ਧਨੀਆ ਹੈ, ਇਹ ਸਾਡਾ ਜ਼ੀਰਾ ਵਿੱਚ ਕਾਲੀਆਂ ਮਿਰਚਾਂ ਨੇ, ਇਹ ਖੜੇ ਮਸਾਲੇ ਨੇ, ਇਹ ਅਸੀਂ ਵਿੱਚ ਪਾਣੇ ਨੇ, ਇਹ 2 ਇਲਾਚੀਆਂ ਵੱਡੀਆਂ, ਇਹ ਬਾਦਿਆਂ ਦਾ ਫੂਲ, ਇਹ ਕੜੀ ਪੱਤੇ 2 ਪੱਤੇ ਅਸੀਂ ਲੈਣੇ, ਇਹ ਦਾਲਚੀਨੀ, ਇਹ ਹਰੀਆਂ ਮਿਰਚਾਂ ਨੇ ਅਸੀਂ ਕਿ ਇਹਨਾਂ ਨੂੰ ਇਹ ਇਸ ਤਰ੍ਹਾਂ ਅਸੀਂ ਬਣਾਉਣੀਆਂ, ਇਹ ਲੰਮੀਆਂ ਲੰਮੀਆਂ ਅਸੀਂ ਕੱਟੀਆਂ ਨੇ, ਇਹ ਕਿ ਤੁਸੀਂ ਇਸ ਤਰ੍ਹਾਂ ਨਾ ਇਹ ਅਸੀਂ ਲੰਮੀ ਲੰਮੀ ਮਿਰਚ ਕੱਟੀਏ ਜਿਹੜੀ ਕਿ ਸਾਡੇ ਪਲਾਹ ਦੇ ਵਿੱਚ ਬਹੁਤ ਹੀ ਇਹ ਕਿ ਮਜ਼ੇਦਾਰ ਇਹਦੇ ਨਾਲ ਜ਼ਾਇਕਾ ਹੋਏਗਾ। ਆਹ ਅਸੀਂ 3 ਟਮਾਟਰ ਲੈ ਨੇ, ਇਹ ਅਸੀਂ ਟਮਾਟਰ ਕੱਟ ਕੇ ਰੱਖੇ ਨੇ, ਇਹ ਅਸੀਂ 2 ਨਿੰਬੂ ਲੈ ਨੇ, ਨਿੰਬੂਆਂ ਦਾ ਵੀ ਵਿੱਚ ਆਪਣਾ ਹੀ ਜ਼ਾਇਕਾ, ਇਹਦਾ ਬਹੁਤ ਹੀ ਕਿ ਆਲੂ ਦੇ ਪਲਾਹ ਦੇ ਵਿੱਚ ਬਹੁਤ ਹੀ ਇਹਦਾ ਮਜ਼ੇਦਾਰ ਜ਼ਾਇਕਾ ਅਤੇ ਟੇਸਟ ਬਣ ਜਾਏਗਾ। ਇਹ ਅਸੀਂ ਕਿ 2 ਪਿਆਜ਼ ਲੈ ਨੇ, ਉਹ ਅਸੀਂ ਕੱਟ ਕੇ ਅਤੇ ਅਸੀਂ ਰੱਖ ਲੈ ਨੇ, ਇਹ ਪੁਦੀਨਾ ਹੈ, ਇਹ ਹਰਾ ਧਨੀਆ ਹੈ। ਇਹ ਅਸੀਂ ਸਾਰੇ ਮਸਾਲਿਆਂ ਦੇ ਨਾਲ ਬਹੁਤ ਹੀ ਕਿ ਮਜ਼ੇਦਾਰ ਸਾਡਾ ਜਿਹੜਾ ਆਲੂ ਦਾ ਪੁਲਾਓ ਬਣੇਗਾ, ਅਤੇ ਬੜਾ ਹੀ ਕਿ ਝਟਪਟ ਬਣਨ ਵਾਲੀ ਅਤੇ ਦੇਸੀ ਰੈਸਪੀ ਅਤੇ ਆਸਾਨ ਤਰੀਕੇ ਨਾਲ ਅਤੇ ਘੱਟ ਖਰਚੇ ਦੇ ਨਾਲ। ਅਤੇ ਕਿ ਅਸੀਂ ਚਲੋ ਹੁਣ ਅਸੀਂ ਆਪਣੇ ਸ਼ੁਰੂ ਕਰਨੇ ਆਪ ਸੇ। ਇਹ ਅਸੀਂ ਕਿ ਆਪਣੇ ਚਾਵਲ ਸੁਪਰ ਬਾਸਮਤੀ ਦੇ ਅਸੀਂ ਆਪਣੇ ਚਾਵਲ ਲੈ ਕੇ ਅਤੇ ਅਸੀਂ ਇਹਨਾਂ ਨੂੰ ਭਿਉਂ ਕੇ ਰੱਖਿਆ ਹੈ, ਮਾਸ਼ਾਲਾ ਬਹੁਤ ਹੀ ਸੋਹਣੇ ਨੇ, ਪੁਰਾਣੇ ਚਾਵਲ ਨੇ ਸਾਡੇ ਅਤੇ ਇਹ ਮੈਂ ਵਾਹਵਾ 2-3 ਘੰਟੇ ਹੋ ਗਏ ਨੇ ਇਹਨਾਂ ਨੂੰ ਭਿਉਂ ਕੇ ਰੱਖਿਆ ਹੈ, ਕਿ ਇਹ ਸਾਡੇ ਬਹੁਤ ਹੀ ਸੋਹਣੇ ਅਤੇ ਜ਼ਾਇਕੇ ਵਾਲੇ ਚਾਵਲ ਬਣਨਗੇ। ਹੁਣ ਅਸੀਂ ਆਪਣੀ ਰੈਸਪੀ ਜਿਹੜੇ ਚਾਵਲ ਆਲੂ ਦਾ ਪੁਲਾਅ ਹੈ ਨਾ ਅਸੀਂ ਹੁਣ ਉਹ ਬਣਾਉਣਾ ਸ਼ੁਰੂ ਕਰਦੇ ਹਾਂ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਇਹ ਅਸੀਂ ਸੂਫੀ ਦਾ ਘਿਓ ਪਾਇਆ, ਘਿਓ ਨਾਲ ਬਹੁਤ ਹੀ ਕਿ ਜਿਹੜੇ ਚਾਵਲ ਅਸੀਂ ਬਣਾਉਣ ਲੱਗੇ ਨਾ ਆਲੂ ਦਾ ਪੁਲਾਓ ਬਹੁਤ ਹੀ ਅੱਛਾ ਜ਼ਾਇਕਾ ਬਣਦਾ, ਅਤੇ ਬਾਕੀ ਇੱਕ ਤੇਲ ਤੂਲ ਨਾਲ ਇਹਨਾਂ ਬੜਾ ਮਜ਼ੇਦਾਰ ਚਾਵਲ ਬਣਦਾ। ਇਹ ਅਸੀਂ ਹੁਣ ਜਿਹੜੇ ਖੜੇ ਮਸਾਲੇ ਲੈਣੇ ਇਹ ਅਸੀਂ ਸਾਰੇ ਹੀ ਇਸੇ ਘਿਓ ਦੇ ਵਿੱਚ ਅਸੀਂ ਪਾਉਣ ਲੱਗੇ ਹਾਂ, ਤਾਂ ਕਿ ਇਹਨਾਂ ਦੀ ਖੁਸ਼ਬੂ ਅੱਛੀ ਤਰ੍ਹਾਂ ਨਿਕਲ ਜਾਵੇ। ਇਹਨਾਂ ਨੂੰ ਅਸੀਂ ਥੋੜ੍ਹਾ ਜਿਹਾ ਘਿਓ ਦੇ ਵਿੱਚ ਕਿ ਐਵੇਂ ਮਾੜਾ ਜਿਹਾ ਅਸੀਂ ਇਹਨਾਂ ਨੂੰ ਭੁੰਨਣਾ ਹੈ, ਬਾਅਦ 'ਚ ਫਿਰ ਅਸੀਂ ਇਹਦੇ ਨਾਲ ਇਹ ਅਸੀਂ ਐਂਜੀ ਸਾਬਤ ਇਲਾਚੀਆਂ ਪਾ ਦਿੱਤੀਆਂ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਇਹ ਜਿਹੜਾ ਮਸਾਲਾ ਅਸੀਂ ਖੜਾ ਮਸਾਲਾ ਪਾਇਆ ਉਹ ਸਾਡਾ ਬਹੁਤ ਹੀ ਸੋਹਣੀ ਖੁਸ਼ਬੂ, ਅਤੇ ਉਹਨਾਂ ਸਾਡੀ ਵੀ ਬੜੇ ਸੋਹਣੇ ਰੋਸਟ ਹੋ ਗਏ। ਇਹ ਨਾਲ ਅਸੀਂ ਹੁਣ ਆਪਣੇ ਜਿਹੜੇ ਗੰਢੇ ਤਿਆਰ ਕਰਕੇ ਰੱਖੇ ਨੇ ਇਹ ਅਸੀਂ ਪਾ ਲਏ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਇਹ ਕਿ ਤੇਲ ਅੱਗ ਕੀਤੀ ਅਸੀਂ ਕਿ ਇਹਦੇ 'ਚ ਸਹੀ ਸੋਹਣਾ ਸਾਡਾ ਮਸਾਲਾ ਜਿਹੜਾ ਨਾ ਉਹ ਬਣ ਜਾਵੇ। ਇਹ ਸਾਡਾ ਹੁਣ ਅਸੀਂ ਗੰਢਾ ਇਹਨੂੰ ਲਾਲ ਕਰਨ ਲੱਗੇ ਹਾਂ। ਮਸਾਲਾ ਜਿਹੜਾ ਇਹਦੇ ਖੜਾ ਮਸਾਲਾ ਪਾਉਣਾ ਇੰਜ ਪਹਿਲਾਂ ਪਾਇਆ ਉਹਦੇ ਬਹੁਤ ਹੀ ਸੋਹਣੀ ਉਹਨੂੰ ਖੁਸ਼ਬੂ ਨਿਕਲ ਆਈ, ਅਤੇ ਸਾਡਾ ਜ਼ਾਇਕਾ ਜਿਹੜਾ ਨਾ ਬਹੁਤ ਵੱਧ ਜਾਣਾ ਇਹਦੇ ਨਾਲ, ਜ਼ਾਇਕਾ ਬਹੁਤ ਜ਼ਿਆਦਾ ਅੱਛਾ ਜ਼ਾਇਕਾ ਸਾਡਾ ਬਣੇਗਾ, ਬੜੇ ਸਾਡਾ ਮਜ਼ੇਦਾਰ ਆਲੂ ਦਾ ਪੁਲਾਓ ਬਣੇਗਾ ਇਹਦੇ ਨਾਲ। ਆਲੂ ਗੰਢੇ ਸਾਡੇ ਜਿਹੜਾ ਕਿ ਉਹ ਕਿ ਲਾਲ ਹੋਣਾ ਸ਼ੁਰੂ ਹੋ ਗਿਆ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਇਹ ਕਿ ਗੰਢਾ ਸਾਡਾ ਲਾਲ ਹੋ ਗਿਆ, ਇੰਨਾ ਇੰਨਾ ਹੀ ਰੱਖਣਾ, ਇਸ ਤੋਂ ਜ਼ਿਆਦਾ ਨਹੀਂ ਕਰਨਾ। ਇਹ ਹੁਣ ਅਸੀਂ ਆਹ ਜਿਹੜਾ ਨਾਲ ਅਸੀਂ ਆਪਣਾ ਮਸਾਲਾ ਤਿਆਰ ਕਰਦੇ ਉਹ ਅਸੀਂ ਪਾ ਦਿੱਤਾ। ਭਾਂਡਾ ਅਸੀਂ ਆਪਣਾ ਬਿਲਕੁਲ ਸਾਫ਼ ਕਰਨਾ, ਕੋਈ ਵਿੱਚ ਚੀਜ਼ ਲੱਗੀ ਨਹੀਂ ਰਹਿਣ ਦੇਣੀ।
इथे हुण असीं लाणा पाणी दा छट्टा। इन्ना असीं ज्यादा रंग नहीं कढ़ना, इन्ना कु असीं फिर फिर छट्टा लाणा। हुण असीं जिहड़े साडे के दूसरे मसाले ने उह असीं हुण इहदे नाल पा देणे। ए मसाले असीं लाए अपने हरी मिर्च, टमाटर, नाल असीं नींबू कट के रखे ने, ये असीं इस तरह नाल इंज पा देना। असीं अपनी प्लेटां बिलकुल साफ कर रहे हैं, कोई एक चीज लगी नहीं रहन दी। नाल असीं अपने के जिन्ने साडे चौल ने उस हिसाब नाल असीं अपना के लून पा देना। बिस्मिल्लाहिर्रहमानिर्रहीम। ए मैं चार चमचे पाते हैं, मसाला साडा भुज रहा। टमाटर साढ़े के थोड़े जे हो जाते हैं, जरा कु गल जाते हैं, फिर असी नाल इन्हों आलू पा के असी और बनाई करने। बिस्मिल्लाहिर्रहमानिर्रहीम। ए टमाटर साढ़े के मसाला जोड़ा बहुत सोहना भुज गया, कि टमाटर साढ़े के नरम हो गए हैं। हम असी नाल ही इन्हों देखे जोड़े असी अपने आलू तैयार करके रखे हैं, कि आलू असी तैयार करके रखे ने। ए जोड़े असी अपने आलू ने ना, ए असी हम अपने वखरी वखरी नजर आ गई ना, ते ए बहुत ही सोहनी च लगे। माशाल्लाह साढ़े के बहुत सोहने मसाला सारा वेलो नजर आ रहा, मिर्च उ नजर आ रही है। ये साढ़े चौलों के जरा इंज मिर्च इन्हें दुगना तिगना जरा ना सा स्वाद जरा ना बढ़ जाना, एडा सोहना एदा एदा लगता ज्यादा। टमाटर भी मसाला एक जान हो गया है, आलू में तुम वेख सकते हो बहुत ही सोहने के घ्यो लहरा हो गया, मसाला लहरा हो गया, माशाला बहुत ही सोहना। से असि बड़ी चंगी तरह हथी तरह इन्होंने पाया चुना सी, कि जिन्ना सू पाया अभी फिर ढाई बोल सवा दो बोल जेड़े ने ना ऐसे पानी थोड़ा जि असी होर पानी पाने, ताकि साढ़े आलू जेड़े ने ना वो भी चंगी तरह गल जाए। इन्ना होर असी पानी, चलो बस इन्ना सानू पानी चाहिए। ये साढ़े चौल जेड़े ना बहुत सोहने तैयार हो जाने। हम असी इन्होंने पानी उबलन का इंतजार करने, मिलने बिस्मिल्लाहिर्रहमानिर्रहीम। यह साढ़े के जेड़े असी आलू का पुलाव बना लगे, तो आलू साढ़े के पानी पाया, पानी में दो तीन उबाल आ गया ने। हूँ पानी साढ़ा के उबल उबल है, हूँ असी ये जो अपने चौल भिओं के रखे ना वो असी पा देंगे। बिस्मिल्लाहिर्रहमानिर्रहीम। चावल अपने सारे पाते ने, कोई दाना ना साडा रह गया साढ़े बर्तन दे विच, असी अपना सारा के अपना बर्तन साफ कर लें। बिस्मिल्लाहिर्रहमानिर्रहीम।
ਅੱਗੇ ਵੱਡੇ ਬਜ਼ੁਰਗ ਆਉਂਦੇ ਹੁੰਦੇ ਸਨ ਕਿ ਇੰਨੇ ਕੁ ਤੋਂ ਕਿ ਚੌਲ ਨਜ਼ਰ ਆਉਂਦੇ ਹੁਣ ਤਾਂ ਬਹੁਤ ਸੋਹਣੇ ਸਾਡੇ ਚੌਲ ਬਣਦੇ ਅਤੇ ਸਾਡੇ ਉਹਨੇ ਮੈਨੂੰ ਨਜ਼ਰ ਆ ਰਿਹਾ ਸੀ। ਨਮਕ ਚੈੱਕ ਕਰ ਲੈਣਾ, ਵੱਧ ਘੱਟ ਇਹ ਲਾਲ ਮਿਰਚ ਨਹੀਂ ਅਸੀਂ ਇਹਦੇ 'ਚ ਪਾਈ, ਨਾ ਦੜਾ ਪਾਈ ਨਾ ਦੂਸਰੀ ਪਾਈ, ਸਿਰਫ ਹਰੀ ਮਿਰਚ ਪਾਈ, ਬਾਕੀ ਅਸੀਂ ਕੋਈ ਲਾਲ ਮਿਰਚ ਨਹੀਂ ਇਹ 'ਚ ਪਾਈ। ਨਮਕ ਚੈੱਕ ਕਰ ਲੈਣਾ, ਜੇ ਸਾਡਾ ਥੋੜ੍ਹਾ ਜਿਹਾ ਅਸੀਂ ਹੋਰ ਪਾ ਸਕਦੇ ਹਾਂ। ਮੈਂ ਹੁਣ ਚੈੱਕ ਕਰਨ ਲੱਗੀ ਹਾਂ, ਸਾਡਾ ਥੋੜ੍ਹਾ ਜਿਹਾ ਘੱਟ ਹੈ। ਤੁਸੀਂ ਵੀ ਆਪਣਾ ਚੈੱਕ ਕਰ ਸਕਦੇ ਹੋ, ਜੇ ਵੱਧ ਘੱਟ ਹੋਰ ਤੁਸੀਂ ਪਾ ਸਕਦੇ ਹੋ। ਹੁਣ ਤਾਂ ਅਸੀਂ ਅੱਗ ਥੱਲੇ ਹਾਲੇ ਤੇਜ਼ ਹੀ ਰੱਖਣੀ ਹੈ, ਇੱਕ ਉਬਾਲ ਆਉਂਦਾ ਫਿਰ ਅਸੀਂ ਇੱਕ ਦੋ ਅਤੇ ਫਿਰ ਅਸੀਂ ਕਿ ਇਹਦੀ ਅੱਗ ਜਿਹੜੀ ਨਾ ਅਸੀਂ ਥੱਲਿਓਂ ਘੱਟ ਕਰ ਦੇਣੀ, ਦਮ 'ਤੇ ਆ ਜਾਂਦੇ ਨੇ ਸਾਡੇ ਚਾਵਲ। ਬਿਸਮਿਲਾ, ਹੁਣ ਅਸੀਂ ਇੱਕ ਇਹਦੇ 'ਤੇ ਉਬਾਲ ਦਾ ਇੰਤਜ਼ਾਰ ਕਰਨੇ ਹਾਂ, ਇੱਕ ਉਬਾਲ ਆਈ ਆ ਫਿਰ ਅਸੀਂ ਇਹਨਾਂ ਨੂੰ ਵੇਖਦੇ ਹਾਂ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਇਹ ਅਸੀਂ ਕਿ ਚੌਲ ਵਿੱਚ ਪਾਏ ਸਨ ਅਤੇ ਉਹ ਅਸੀਂ ਹੁਣ ਕਿ ਉਬਾਲਾ ਵਾਸਤੇ ਹੁਣ ਅਸੀਂ ਵੇਖਦੇ ਹਾਂ, ਉਬਾਲਾ ਸਾਡਾ ਆ ਚੁੱਕਿਆ ਅਤੇ ਹੁਣ ਅਸੀਂ ਚੈੱਕ ਕਰਦੇ ਹਾਂ ਕਿ ਸਾਡਾ ਕਿੱਥੋਂ ਤੱਕ ਕੰਮ ਹੋਇਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਇਹ ਤੁਸੀਂ ਵੇਖ ਸਕਦੇ ਹੋ ਮਾਸ਼ਾਅੱਲਾ ਬਹੁਤ ਹੀ ਸੋਹਣੀ ਖੁਸ਼ਬੂ ਆ ਰਹੀ ਅਤੇ ਇਹ ਵੇਖ ਲਓ ਸਾਡੇ ਤੁਸੀਂ ਚਾਵਲ ਮਾਸ਼ਾਅੱਲਾ ਹੈ, ਆਲੂ ਅਤੇ ਮਾਸ਼ਾਅੱਲਾ ਪੁਲਾਵ ਬਹੁਤ ਹੀ ਕਿ ਵੇਖਿਆ ਕਿ ਦਿਲ ਕਰਨ ਡਿਆ ਕਿ ਹੁਣੇ ਖਾ ਲਈਏ। ਮਾਸ਼ਾਅੱਲਾ ਐਡੇ ਸੋਹਣੇ ਲੱਗਣ ਡਿਆ ਨੇ ਸਾਡੇ, ਕਿ ਥੋੜ੍ਹਾ ਜਿਹਾ ਹੋਰ ਟਾਈਮ ਅਸੀਂ ਰੱਖਣਾ ਅਤੇ ਸਾਡੇ ਦਮ 'ਤੇ ਆ ਜਾਣੇ ਅਤੇ ਬਹੁਤ ਹੀ ਸੋਹਣੇ ਆ, ਵੇਖ ਲਓ ਸਾਡੇ ਖਿਲੇ ਖਿਲੇ ਆ, ਐਡੇ ਸੋਹਣੇ ਆ ਕੇ ਸਾਡੇ ਵਿੱਚ ਪੁਰਾਣੇ ਸੁਪਰ ਬਾਸਮਤੀ ਦੇ ਸਾਡੇ ਚੌਲ ਸਨ ਜਿਹੜੇ ਕਿ ਅਸੀਂ ਬਣਾ ਰਹੇ ਹਾਂ ਅਤੇ ਇਹ ਵੇਖ ਬਹੁਤ ਹੀ ਸੋਹਣੇ, ਇਹ ਸਾਡੇ ਹਿਸਾਬ ਦੇ ਨਾਲ ਦਮ 'ਤੇ ਹੀ ਆ ਗਏ ਨੇ। ਅਸੀਂ ਹੁਣ ਇਹਨਾਂ ਦੇ ਜਿਹੜੇ ਬਾਕੀ ਮਸਾਲੇ ਨੇ ਉਹ ਅਸੀਂ ਇਹਨਾਂ 'ਤੇ ਪਾ ਕੇ ਅਤੇ ਅਸੀਂ ਇਹਨਾਂ ਨੂੰ ਫਿਰ ਕੰਮ 'ਤੇ ਥੋੜ੍ਹੇ ਜਿਹਾ ਹੋਰ ਹੋਰ ਆਉਣ, ਫਿਰ ਅਸੀਂ ਉਹ ਬਾਕੀ ਮਸਾਲਾ ਤਿਆਰ ਕਰਕੇ ਅਸੀਂ ਇਹਨੂੰ ਪਾਉਂਦੇ ਹਾਂ। ਬਿਸਮਿਲ੍ਲਾਹਿਰਰਹਿਮਾਨਿਰਰਹਿਮ, ਇਹ ਸੁੱਕਾ ਧਨੀਆ ਰੱਖਿਆ, ਇਹਨੂੰ ਮੈਂ ਹੱਥ 'ਤੇ ਮਾਲ ਕੇ ਅਤੇ ਇਹਨੂੰ ਪਾ ਦੇਣਾ, ਜਿਹੜੀ ਇਹਦੀ ਨਾ ਖੁਸ਼ਬੂ ਜਿਹੜੀ ਨਾ ਬਹੁਤ ਸੋਹਣੀ ਨਿਕਲ ਆਵੇ, ਐਂ ਜੇ ਹੱਥ 'ਤੇ ਆਏ ਲੈ ਮੈਂ ਮਾਲ ਕੇ ਅਤੇ ਇਹ ਉੱਤੇ ਸੁੱਕਾ ਧਨੀਆ ਪਾ ਤਾ, ਬਹੁਤ ਸੋਹਣੀ ਖੁਸ਼ਬੂ। ਇਹ ਹੋਰ ਜਿਹੜਾ ਅਸੀਂ ਹੋਰ ਪਾਤਾ, ਇਹ ਜਿਹੜਾ ਇਹ ਜ਼ੀਰਾ ਇਹਦੇ ਵਿੱਚ ਕਾਲੀ ਮਿਰਚ, ਇਹਨੂੰ ਵੀ ਮੈਂ ਹੱਥ 'ਤੇ ਮਾਰ ਕੇ ਇਹਨੂੰ ਇੰਝ ਪਾ ਦੇਣਾ ਅਤੇ ਇਹ ਕਿ ਖੁਸ਼ਬੂ ਜਿਹੜੀ ਨਾ ਬਹੁਤ ਸੋਹਣੀ ਇਹਦੀ ਨਿਕਲ ਆਵੇ। ਇਹ ਵੀ ਇਹ ਪਾ ਕੇ ਇਹ ਅਸੀਂ ਪਹਿਲਾਂ ਜਿਹੜੇ ਮਸਾਲੇ ਖੜ੍ਹੇ ਮਸਾਲੇ ਪਾਏ ਨੇ, ਇਹ ਜ਼ੀਰਾ ਅਤੇ ਸੁੱਕਾ ਧਨੀਆ, ਇਹ ਤੁਹਾਨੂੰ ਨਵਾਂ ਤਰੀਕਾ ਦੱਸਿਆ ਕਿ ਇਸ ਤਰੀਕੇ ਨਾਲ ਬਣਾਓ ਅਤੇ ਸਾਡਾ ਪੁਲਾਅ ਜਿਹੜਾ ਬਹੁਤ ਹੀ ਸੋਹਣਾ ਬਣੇਗਾ। ਨਾਲ ਹੁਣ ਅਸੀਂ ਆਪਣੇ ਪੁਦੀਨੇ ਦੇ ਜਿਹੜੀ ਬਹੁਤ ਸੋਹਣੀ ਇਹਦੀ ਖੁਸ਼ਬੂ ਨਿਕਲੇ, ਐਪ ਪੁਦੀਨੇ ਦਾ ਜੇ ਤੋੜ ਕੇ ਅਸੀਂ ਰੱਖੇ ਨੇ, ਇਹ ਨਾਲ ਦਮ ਦੇ ਉੱਤੇ ਇਹ ਪਾਤੇ ਨੇ, ਇਹ ਤਾਂ ਇਸ ਤਰ੍ਹਾਂ ਬਣਾਓ ਅਤੇ ਮਾਸ਼ਾਅੱਲਾ ਅਤੇ ਬਹੁਤ ਹੀ ਅੱਛੇ ਨੇ। ਇਹ ਅਸੀਂ ਹੁਣ ਇਹ ਪਾ ਕੇ ਅਤੇ ਅਸੀਂ ਇਹਨਾਂ ਨੂੰ ਉੱਤੇ ਦਮ ਲਾ ਦੇਣਾ, ਇਹ ਦਮ ਹੁਣ ਅਸੀਂ ਉੱਤੇ ਰੱਖਦੇ, ਹੁਣ ਦਮ ਮਿਲਣੇ ਆ ਅਤੇ ਜਰਾ ਦਮ ਹੋ ਲੱਗੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਅਸੀਂ ਅੱਜ ਆਓ ਜੀ ਚਲੋ ਜੀ ਚੈੱਕ ਕਰਨੇ ਹਾਂ ਜਿਹੜਾ ਅਸੀਂ ਆਲੂ ਦਾ ਪੁਲਾਅ ਬਣਾਇਆ ਉਹ ਕਿੱਥੋਂ ਤੱਕ ਪਹੁੰਚ ਗਿਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਮਾਸ਼ਾਅੱਲਾ ਮਾਸ਼ਾਅੱਲਾ, ਮੈਂ ਵੇਖ ਸਕਦੇ ਹਾਂ ਕਿ ਤੁਸੀਂ ਬਹੁਤ ਹੀ ਸੋਹਣਾ ਅਤੇ ਖੁਸ਼ਬੂਆਂ ਦੇ ਹੁੱਲੇ ਆ ਰਹੇ ਨੇ। ਬਿਸਮਿਲ੍ਲਾਹ ਦੀ ਬਰਕਤ, ਬਿਸਮਿਲ੍ਲਾਹ ਦੀ ਬਰਕਤ, ਇਹ ਵੇਖ ਲਓ ਜੀ ਤੁਸੀਂ ਚੈੱਕ ਕਰ ਸਕਦੇ ਜੀ ਕਿ ਬਹੁਤ ਹੀ ਸੋਹਣਾ ਇਹ ਸਾਡੇ ਚੌਲ ਤਿਆਰ ਹੋ ਗਏ, ਆਲੂ ਦਾ ਜਿਹੜਾ ਪੁਲਾਅ ਸਾਡਾ ਅਤੇ ਬਹੁਤ ਸੋਹਣਾ ਤਿਆਰ ਹੋ ਗਿਆ। ਇਹ ਵੇਖ ਸਕਦੇ ਤੁਸੀਂ ਕਿ ਇਹ ਪੁਦੀਨੇ ਦੇ ਵਿੱਚ ਆਪਣੀ ਖੁਸ਼ਬੂ ਅਤੇ ਉਹਦਾ ਇਹ ਵੇਖ ਲਓ ਕਿੱਡਾ ਸੋਹਣਾ ਲੱਗਣ ਡਿਆ ਹੈ। ਇਹ ਕਿ ਤੁਹਾਨੂੰ ਨਵਾਂ ਤਰੀਕਾ ਦੱਸਿਆ ਅਤੇ ਬਹੁਤ ਹੀ ਆਸਾਨ ਅਤੇ ਇਹਦੇ ਕਿ ਇਸ ਤਰੀਕੇ ਨਾਲ ਬਣਾਓ ਅਤੇ ਬਹੁਤ ਹੀ ਮਜ਼ੇਦਾਰ ਸਾਡਾ ਆਲੂ ਦਾ ਪੁਲਾਅ ਤਿਆਰ ਹੋਏਗਾ। ਇਹ ਨਵਾਂ ਤਰੀਕਾ ਤੁਸੀਂ ਸਮਝਿਆ ਕਰੋ ਗੱਲ ਨੂੰ ਕਿ ਬਹੁਤ ਹੀ ਅੱਛਾ ਤਰੀਕਾ ਅਤੇ ਮਜ਼ੇਦਾਰ ਹੈ ਅਤੇ ਇਸ ਤਰੀਕੇ ਨਾਲ ਤੁਸੀਂ ਬਣਾਓ। ਅਤੇ ਵੀਡੀਓ ਪੂਰੀ ਵੇਖਣੀ ਹੈ, ਸਬਸਕ੍ਰਾਈਬ ਕਰਨੀ ਹੈ, ਲਾਈਕ ਕਰਨੀ, ਸ਼ੇਅਰ ਕਰਨੀ ਹੈ ਅਤੇ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਤੇ ਇਹ ਤੁਸੀਂ ਚਾਵਲ ਵੇਖ ਸਕਦੇ ਐਵੇਂ ਵੇਖੋ, ਹਾਲੇ ਕਿ ਥੋੜ੍ਹਾ ਜਿਹਾ ਇਹਦੇ ਥੋੜ੍ਹੀ ਜਿਹੀ ਕਣੀ ਹੈ, ਇਹ ਫਿਰ ਹਾਲੇ ਪਲੇਟ 'ਚ ਪਾ ਕੇ ਤੁਹਾਨੂੰ ਵਹਾਉਣਾ ਹੈ ਅਤੇ ਫਿਰ ਅੱਗੋਂ ਤੁਸੀਂ ਕਿ ਲਿਖ ਕੇ ਸਾਨੂੰ ਦੱਸਣਾ ਹੈ ਕਿ ਸਾਡੀ ਆ ਇਹ ਪੁਲਾਅ ਜਿਹੜਾ ਕੈਸਾ ਬਣਿਆ। ਹਾਲੇ ਥੋੜ੍ਹਾ ਜਿਹਾ ਸਾਡਾ ਨਾ ਕਣੀ ਵਿੱਚ ਹਾਲੇ ਹੋਰ ਥੋੜ੍ਹੀ ਜਿਹੀ ਗੱਲ ਹੋਵੇ
ਤੇ ਫਿਰ ਕਿ ਪੂਰੇ ਸਹੀ ਹੋ ਲੈਣ ਜਿਹੜੀ ਕਣੀ ਉਹ ਖਤਮ ਹੋ ਜਾਵੇ ਇਹਦੇ 'ਚ ਕਿ ਨਰਮ ਅਤੇ ਮੁਲਾਇਮ ਅਤੇ ਸੋਹਣੇ ਹੋ ਜਾਣ ਫਿਰ ਤੁਹਾਨੂੰ ਮਿਲਣੇ ਪਲੇਟ 'ਚ ਪਾ ਕੇ ਬਹਾਨੇ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਸਾਡਾ ਆਲੂ ਦਾ ਪੁਲਾਵ ਬਣ ਕੇ ਅਤੇ ਮਾਸ਼ਾਅੱਲਾ ਬਹੁਤ ਹੀ ਸੋਹਣਾ ਤਿਆਰ ਹੋ ਗਿਆ ਅਤੇ ਇਹ ਤੁਸੀਂ ਵੇਖ ਸਕਦੇ ਜੀ ਬਹੁਤ ਹੀ ਖੁਸ਼ਬੂਆਂ ਆ ਰਹੀਆਂ ਨੇ ਅਤੇ ਵੇਖਣ 'ਚ ਵੀ ਬਹੁਤ ਹੀ ਸੋਹਣਾ ਇਹ ਵੇਖ ਸਕਦੇ ਜੀ ਕਿ ਇੱਕ ਇੱਕ ਦਾਣਾ ਹੈ ਜੀ ਵੱਖਰਾ ਵੱਖਰਾ ਮਾਸ਼ਾਅੱਲਾ ਅਤੇ ਇਸੇ ਤਰੀਕੇ ਨਾਲ ਬਹੁਤ ਹੀ ਆਸਾਨ ਤਰੀਕੇ ਨਾਲ ਅਤੇ ਸਾਦੇ ਤਰੀਕੇ ਨਾਲ ਅਤੇ ਬਿਲਕੁਲ ਘੱਟ ਖਰਚਿਆਂ ਦੇ ਤਰੀਕੇ ਨਾਲ ਅਸੀਂ ਇਹ ਪੁਲਾਵ ਬਣਾਇਆ ਅਤੇ ਜਿਹੜਾ ਕਿ ਬਹੁਤ ਹੀ ਦੇਸੀ ਤਰੀਕੇ ਨਾਲ ਬਹੁਤ ਹੀ ਆਸਾਨ ਹੈ ਅਤੇ ਝਟਪਟ ਬਣਨ ਵਾਲੀ ਇਹ ਕਿ ਸਾਡਾ ਝਟਪਟ ਅਸੀਂ ਬਣਾ ਲਿਆ ਅਤੇ ਇਹਨੂੰ ਤੁਸੀਂ ਬਣਾਓ ਇਸੇ ਤਰੀਕੇ ਨਾਲ ਬਣਾ ਕੇ ਖਾਓ ਅਤੇ ਵੀਡੀਓ ਨੂੰ ਸਬਸਕ੍ਰਾਈਬ ਕਰੋ ਲਾਇਕ ਕਰੋ ਸ਼ੇਅਰ ਕਰੋ ਅਤੇ ਸਾਨੂੰ ਲਿਖ ਕੇ ਦੱਸੋ ਕਿ ਸਾਡਾ ਪੁਲਾਵ ਹੈ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਹੈ ਕਿ ਤੁਹਾਡੀ ਹਿੰਮਤ ਨਾਲ ਹੀ ਅਸੀਂ ਅੱਗੇ ਵਧਣਾ ਅਤੇ ਤੁਸੀਂ ਸਾਨੂੰ ਹਿੰਮਤ ਦਿਓ ਕਿ ਜਿਹੜਾ ਅਸੀਂ ਅੱਗੋਂ ਹੋਰ ਨਵੀਂ ਤੋਂ ਨਵੀਂ ਵੀਡੀਓ ਬਣਾਈ ਹੈ ਸਾਨੂੰ ਦੱਸੋ ਕਿ ਅਸੀਂ ਕਿਹੜੀ ਕਿਸ ਤਰ੍ਹਾਂ ਨਵੀਂ ਕਿਹੜੀ ਵੀਡੀਓ ਬਣਾਉਣਾ ਕੀ ਤੁਹਾਨੂੰ ਪਸੰਦ ਤੁਸੀਂ ਉਹ ਸਾਨੂੰ ਦੱਸੋ ਅਤੇ ਸਾਨੂੰ ਇਹ ਸਾਡੇ ਆਲੂ ਦੇ ਪਲਾਓ ਦੇ ਬਾਰੇ ਵੀ ਦੱਸੋ ਇਸੇ ਬਾਰੇ ਬਣਾਓ ਇਸੇ ਤਰ੍ਹਾਂ ਬਣਾਓ ਅਤੇ ਇਹ ਖਾਓ ਮਾਸ਼ਾਅੱਲਾ ਬਹੁਤ ਹੀ ਜ਼ਾਇਕੇ ਵਾਲਾ ਬਣਿਆ ਅਤੇ ਬਹੁਤ ਹੀ ਕਿ ਅੱਛਾ ਬਹੁਤ ਹੀ ਖੁਸ਼ਬੂ ਆ ਰਹੀ ਮੇਰੇ ਕੋਲ ਤਾਂ ਰਿਹਾ ਨਹੀਂ ਜਾ ਰਿਹਾ ਅਤੇ ਮੈਂ ਤਾਂ ਕਰਨ ਲੱਗੀ ਹਾਂ ਟਰਾਈ ਅਤੇ ਕਿ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਮਾਸ਼ਾਅੱਲਾ ਮਾਸ਼ਾਅੱਲਾ ਕਿ ਇਹ ਮੈਂ ਟਰਾਈ ਕਰਨ ਲੱਗੀ ਹਾਂ ਬਹੁਤ ਹੀ ਕਿ ਬਹੁਤ ਮਾਸ਼ਾਅੱਲਾ ਮਾਸ਼ਾਅੱਲਾ ਸਵਾਦ ਹੀ ਆ ਗਿਆ ਬਹੁਤ ਹੀ ਅੱਛਾ ਅਤੇ ਬਿਲਕੁਲ ਸਾਦੇ ਤਰੀਕੇ ਨਾਲ ਅਤੇ ਸਸਤਾ ਅਤੇ ਆਸਾਨ ਇਸੇ ਤਰੀਕੇ ਨਾਲ ਬਣਾਓ ਅਤੇ ਸਾਨੂੰ ਵੇਖ ਕੇ ਦੱਸੋ ਅੱਗੋਂ ਕੀ ਅੱਗੋਂ ਮਿਲਣੇ ਆ ਕਿਸੇ ਨਵੀਂ ਵੀਡੀਓ ਨਾਲ ਉਸ ਉਨੇ ਟਾਈਮ ਤੱਕ ਅੱਲਾ ਹਾਫਿਜ਼ ਆਪਣਾ ਬਹੁਤਾ ਬਹੁਤਾ ਖਿਆਲ ਰੱਖਣਾ।